ਹਰਵੰਤ ਸਿੰਘ ਹੈ ਦੋਸ਼ੀ ਤੇੜਾ ਕਰਦਾ। ਇਸ ਨੇ 4 ਮਰਡਰ ਕੀਤੇ ਨੇ, 1-2 ਲੜਕੇ, 1 ਵਾਈਫ ਅਤੇ 1 ਆਪਣੀ ਬੇਟੀ ਕੁਝ ਸਾਥੀਆਂ ਨਾਲ ਮਿਲ ਕੇ ਜਿਸ ਨੂੰ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਅਤੇ ਜਿਹਦਾ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਅਤੇ ਫਰਦਰ ਅਦਾਲਤ ਸ਼੍ਰੀ ਅਰਜਨ ਸਿੰਘ JMI ਸੀ, ਉਹਨਾਂ ਦੀ ਕੋਰਟ 'ਚ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਦੇਖੋ ਇਨਵੈਸਟੀਗੇਸ਼ਨ ਚੱਲ ਰਹੀ ਹੈ, ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕਰਾਂਗੇ। ਲੇਡੀ ਤਾਂ ਫਿਲਹਾਲ ਅਜੇ ਕੋਈ ਸਾਹਮਣੇ ਨਹੀਂ ਆਈ, ਜੇ ਕੋਈ ਆਏਗੀ ਤਾਂ ਉਸਨੂੰ ਵੀ ਕਰਾਂਗੇ ਇਨਵੈਸਟੀਗੇਸ਼ਨ। ਕਿਸ ਤਰ੍ਹਾਂ ਮਾਰਿਆ ਇਹਨੇ ਹੁਣ ਤੱਕ ਦੀ ਜਿਹੜੀ ਤੁਸੀਂ ਤਫਤੀਸ਼? ਦੇਖੋ ਹੁਣ ਤੱਕ ਦੀ ਤਫਤੀਸ਼ ਤਾਂ ਇਹਦੇ ਜਿਹੜਾ ਹੈਗਾ ਪਿਆਰ ਦਾ ਹੀ ਸਾਹਮਣੇ ਆਇਆ ਵਾ, ਵੀ ਜਿਹੜਾ ਇਸ਼ਕ ਜਿਹਨੂੰ ਕਹੀਏ ਵੀ ਉਹਨਾਂ ਹੀ ਹੋਇਆ। ਫਿਰ ਇਹਨੇ ਸਰ ਜ਼ਹਿਰ ਜ਼ੋਰ ਦਿੱਤਾ ਸੀ ਪਹਿਲਾਂ ਜਾਂ ਕਿਸ ਤਰ੍ਹਾਂ ਮਾਰਿਆ ਕਿੰਨੇ ਨੇ? ਮੈਂ ਪਹਿਲਾਂ ਕਿਹਾ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜੋ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਰ ਲਈ। ਠੀਕ ਹੈ ਸਰ, ਠੀਕ ਹੈ।